ਸਨੀ ਦਿਓਲ ਐਜ਼ ਅ ਪੋਲੀਟੀਸ਼ੀਅਨ ਉਹ ਕੰਪਲੀਟਲੀ ਫੇਲ ਹੋਏ ਆ। ਕਾਂਗਰਸ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ, ਬੜੀ ਵੱਡੀ ਬਿਮਾਰੀ ਹੈ ਕਿ ਪਹਿਲਾਂ ਤਾਂ ਲੀਡਰ ਨੂੰ ਬਣਾਇਆ ਜਾਂਦਾ ਅਤੇ ਉਸ ਤੋਂ ਬਾਅਦ ਉਸਨੂੰ ਘਟਾਉਣ ਦੀਆਂ ਕੋਸ਼ਿਸ਼ ਸ਼ੁਰੂ ਹੋ ਜਾਂਦੀ, ਲੀਡਰ ਨੂੰ ਡਿਸਟਰੋਏ ਕਰਨ ਦੀਆਂ ਕੋਸ਼ਿਸ਼ ਸ਼ੁਰੂ ਹੋ ਜਾਂਦੀ। ਸਤਿ ਸ਼੍ਰੀ ਅਕਾਲ, ਮੈਂ ਹਾਂ ਪੰਕਜ ਕਪਾਹੀ ਅਤੇ ਤੁਸੀਂ ਦੇਖ ਰਹੇ ਹੋ ਨਿਊਜ਼ 18 ਪੰਜਾਬ। ਚੁਣਾਵੀ ਮੌਸਮ ਹੈ ਔਰ ਇਸ ਮੌਸਮ ਦੇ ਵਿੱਚ ਪੰਜਾਬ ਦੀ ਆਣ ਬਾਨ ਸ਼ਾਨ ਟਰੈਕਟਰ ਅਤੇ ਨੇਤਾ ਜੀ ਦੇ ਨਾਲ ਗੇੜੀ ਮਾਰਾਂਗੇ ਔਰ ਗੱਲਬਾਤ ਜਿਹੜੀ ਕਰਾਂਗੇ, ਕਿਉਂਕਿ ਸੋਨਾਲੀਕਾ ਟਰੈਕਟਰ ਪੰਜਾਬ ਇੰਨੀ ਦੁਨੀਆ ਭਰ ਦੇ ਵਿੱਚ ਵਿਕਦੇ ਨੇ। ਤਾਂ ਅੱਜ ਹੁਸ਼ਿਆਰਪੁਰ ਅਸੀਂ ਪਹੁੰਚੇ ਹਾਂ, ਡਾਕਟਰ ਰਾਜਕੁਮਾਰ ਚੱਬੇਵਾਲ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਚੱਬੇਵਾਲ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸੋਨਾਲੀਕਾ ਟਰੈਕਟਰ 'ਤੇ ਅੱਜ ਤੁਹਾਡੇ ਨਾਲ ਗੇੜੀ ਲਗਾਉਣੀ ਹੈ। ਸ਼ੋਰ ਜੀ, ਕਦੀ ਟਰੈਕਟਰ ਤੁਸੀਂ ਵੈਸੇ ਚਲਾਇਆ? ਕਿਉਂਕਿ ਨੇਤਾ ਜਿਹੜੇ ਨੇ ਇਲੈਕਸ਼ਨ 'ਚ ਟਰੈਕਟਰ 'ਤੇ ਬੈਠੇ ਨਜ਼ਰ ਆਉਂਦੇ ਨੇ, ਲੇਕਿਨ ਚਲਾਉਂਦੇ ਨਹੀਂ ਹੈ। ਬਹੁਤ ਵਾਰੀ, ਕਿਉਂਕਿ ਅਸੀਂ ਛੋਟੇ ਕਿਸਾਨ ਹਾਂ, 5 ਏਕੜ ਦੇ ਕਰੀਬ ਸਾਡੀ ਪੈਲੀ ਵੀ ਹੈ, ਅਤੇ ਇਸ ਕਰਕੇ ਕਿਸਾਨੀ ਤਾਂ ਸ਼ੁਰੂ ਤੋਂ ਹੀ ਕਰ ਰਹੇ ਹਾਂ, ਅਤੇ ਵੀ ਟਰੈਕਟਰ ਦੇ ਆਉਣ ਦੇ ਨਾਲ ਜਿਹੜੀ ਆ ਖੇਤੀਬਾੜੀ ਉਹ ਆਸਾਨ ਹੋ ਗਈ, ਵਧੀਆ। ਪਹਿਲਾਂ ਟਰੈਕਟਰ ਕਦੋਂ ਅਤੇ ਕਿਹੜਾ ਖਰੀਦਿਆ ਸੀ? ਪਹਿਲਾਂ ਸਰ ਐਕਚੁਲੀ ਸਾਨੂੰ ਮਾਣ ਹੈ ਕਿ ਸੋਨਾਲੀਕਾ ਅੰਮ੍ਰਿਤਸਾਗਰ ਮਿੱਤਲ ਜੀ, ਉਹਦਾ ਸਾਰਾ ਪਰਿਵਾਰ, ਉਹਨਾਂ ਨੇ ਹੁਸ਼ਿਆਰਪੁਰ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਰੈਵੋਲਿਊਸ਼ਨ ਲਿਆਉਂਦੀ, ਸੋ ਸੋਨਾਲੀਕਾ ਟਰੈਕਟਰ ਓਬੀਅਸਲੀ, ਸੋ ਪਹਿਲਾ ਟਰੈਕਟਰ ਜਿਹੜਾ ਸੋਨਾਲੀਕਾ ਹੀ ਸੀ ਅੱਜ ਤੋਂ ਕਰੀਬ 11 ਸਾਲ ਪਹਿਲਾਂ, ਅਤੇ ਉਹਦੇ ਨਾਲ ਖੇਤੀਬਾੜੀ ਕਰਦੇ ਸੀ ਪਹਿਲਾਂ। ਇਹ ਕਹਿ ਰਹੇ ਹੋ ਪਹਿਲਾ ਟਰੈਕਟਰ ਸੋਨਾਲੀਕਾ ਵਾਲਿਆਂ ਦਾ ਖਰੀਦਿਆ? ਇਹਨਾਂ ਦਾ ਖਰੀਦਿਆ ਸੀ। ਤੇ ਚਲਾਇਆ ਫਿਰ ਜਦੋਂ ਤੁਸੀਂ ਖਰੀਦਿਆ ਜਾਂ ਪਰਿਵਾਰ 'ਚ ਬਾਕੀ ਜੀ ਚਲਾਉਂਦੇ ਆ? ਚਲਾਉਂਦੇ ਰਹੇ, ਬਾਅਦ 'ਚ ਬਿਜ਼ੀ ਹੋ ਗਿਆ ਆਪਣਾ ਫਿਰ, ਅਤੇ ਬਸ ਫਿਰ ਪਰਿਵਾਰ ਖੇਤੀਬਾੜੀ ਕਰਦਾ। ਤੁਸੀਂ ਤਿਆਰ ਹੋ ਹੁਣ ਟਰੈਕਟਰ 'ਤੇ ਗੇੜੀ ਲਗਾਉਣ ਲਈ? ਕਿਉਂਕਿ ਅਸੀਂ ਤੁਹਾਡੇ ਕੋਲੋਂ ਟਰੈਕਟਰ ਚਲਵਾਉਣਾ ਵੀ ਹੈ ਔਰ ਦੇਖਣਾ ਵੀ ਹੈ ਕਿ ਝੂਠ ਬੋਲਦੇ ਹੋ ਜਾਂ ਅਸਲ 'ਚ ਟਰੈਕਟਰ ਚਲਾਉਂਦੇ ਹੋ। ਬਿਲਕੁਲ ਸਰ। ਚਲੋ ਆਓ ਬੈਠਦੇ ਹਾਂ, ਗੱਲਬਾਤ ਜਿਹੜੀ ਉਹ ਤੁਹਾਡੇ ਨਾਲ ਟਰੈਕਟਰ ਦੇ ਉੱਤੇ ਕਰਦੇ ਹਾਂ। ਤੁਸੀਂ ਕਿਹਾ ਕਿ ਤੁਹਾਡੀ 5 ਏਕੜ ਜ਼ਮੀਨ ਹੈ, ਤਾਂ ਤੁਸੀਂ ਟਰੈਕਟਰ ਖੁਦ ਖੇਤੀ ਕਰਦੇ ਹੋ ਜਾਂ ਕਿਸ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਤਜਰਬਾ ਟਰੈਕਟਰ ਨੂੰ ਲੈ ਕੇ ਰਿਹਾ ਵਾ? ਅੱਜ ਕੱਲ੍ਹ ਸਾਡੇ ਪਰਿਵਾਰ ਖੁਦ ਖੇਤੀ ਕਰ ਰਹੇ, ਕਿਉਂਕਿ ਉਮੂਮਨ ਜਿਹੜੇ ਅਮੀਰ ਘਰ ਹੁੰਦੇ ਆ ਉਹ ਜਿਹੜੀ ਜ਼ਮੀਨ ਹੈ ਉਹ ਠੇਕੇ 'ਤੇ ਦੇ ਦਿੰਦੇ ਆ। ਤੁਸੀਂ ਵੀ ਠੇਕੇ 'ਤੇ ਦਿੱਤੀ ਹੋਈ ਹੈ? ਠੇਕੇ 'ਤੇ ਐਕਚੁਲੀ ਜਿੰਨਾ ਕਰਦੇ ਸੀ ਆਪਣੇ ਖਾਣ ਪੀਣ ਲਈ ਜਿਹੜੀ ਖੇਤੀ ਕਰ ਰਹੇ ਅਤੇ ਆਪੇ ਕਰਦੇ ਆ, ਛੋਟਾ ਬ੍ਰਦਰ ਹੁੰਦਾ। ਬੱਬੂ ਗਿੱਲ ਵਾਲੀ ਫੀਲਿੰਗ ਜਿਹੜੀ ਅੱਜ ਤੁਹਾਡੇ ਵੱਲੋਂ ਆ ਰਹੀ ਹੈ? ਥੈਂਕ ਯੂ ਜੀ। ਫਿਲਮਾਂ ਵੇਖਦੇ ਹੋ ਤੁਸੀਂ? ਫਿਲਮਾਂ ਬਹੁਤ ਘੱਟ, ਬਹੁਤ ਘੱਟ। ਪੰਜਾਬੀ ਐਕਟਰ ਚੰਗਾ ਕਿਹੜਾ ਲੱਗਦਾ ਗੁੱਗੂ ਗਿੱਲ ਤੋਂ ਇਲਾਵਾ ਜਾਂ ਗੁੱਗੂ ਧਰਮਿੰਦਰ, ਕਿਉਂਕਿ ਪੰਜਾਬ ਦੀ ਆਣ ਬਾਣ ਸ਼ਾਨ ਰਹੇ ਨੇ, ਸੰਨੀ ਦਿਓਲ ਰਹੇ ਨੇ, ਤੁਹਾਡਾ ਫੇਵਰੇਟ ਐਕਟਰ ਕੌਣ ਹੈ? ਸੰਨੀ ਦਿਓਲ। ਫੇਵਰੇਟ ਐਕਟਰ ਸੰਨੀ ਦਿਓਲ। ਸੰਨੀ ਦਿਓਲ ਦੀ ਕਿਹੜੀ ਫਿਲਮ ਸਭ ਤੋਂ ਵਧੀਆ ਲੱਗਦੀ ਹੈ? ਬਾਰਡਰ। ਬਾਰਡਰ। ਸੰਨੀ ਦਿਓਲ ਤਾਂ ਤੁਹਾਡੇ ਗੁਆਂਢੀ ਜਿਹੜੇ ਮੈਂਬਰ ਪਾਰਲੀਮੈਂਟ ਵੀ ਬਣੇ ਸੀਗੇ ਤੁਹਾਡੇ ਗੁਰਦਾਸਪੁਰ ਤੋਂ, ਉਹ ਉਹਨਾਂ ਦਾ ਪੋਲੀਟੀਕਲ ਕੈਰੀਅਰ ਹੈ, ਬਟ ਜਿਹੜਾ ਉਹਨਾਂ ਦਾ ਫਿਲਮੀ ਕੈਰੀਅਰ ਹੈ ਉਹ ਬਹੁਤ ਅੱਛਾ ਲੱਗਦਾ ਹਮੇਸ਼ਾ ਫਿਲਮਾਂ ਦੇ ਵਿੱਚ ਰੋਲ ਦੇਖ ਕੇ ਆਪਣੇ ਪੰਜਾਬੀਆਂ ਨੂੰ, ਇੱਕ ਬਹੁਤ ਅੱਛੀ। ਕਿਹੜੇ ਪਿੰਡ ਲੈ ਕੇ ਚੱਲੋਗੇ ਹੁਣ? ਹੁਣ ਤੁਸੀਂ ਆਪਾਂ ਸਿੰਗਲੀਵਾਲ ਲੈ ਕੇ ਚੱਲਾਂਗੇ ਤੁਹਾਨੂੰ। ਤੁਸੀਂ ਸੰਨੀ ਦਿਓਲ ਦਾ ਜ਼ਿਕਰ ਕਰ ਰਹੇ ਸੀਗੇ, ਫਿਲਮਾਂ 'ਚ ਤਾਂ ਸੰਨੀ ਦਿਓਲ ਪਾਕਿਸਤਾਨ ਵੀ ਟੱਪ ਜਾਂਦੇ ਨੇ, ਲੇਕਿਨ ਸੰਨੀ ਦਿਓਲ ਆਏ ਨਹੀਂ ਕਦੀ ਗੁਰਦਾਸਪੁਰ ਦੇ ਵਿੱਚ, ਲੋਕਾਂ ਦੀ ਨਾਰਾਜ਼ਗੀ ਰਹੀ ਹੈ। ਐਜ਼ ਏ ਐਕਟਰ ਤੁਹਾਨੂੰ ਵਧੀਆ ਲੱਗਦੇ ਮੈਂ ਲੱਗਦਾ, ਲੇਕਿਨ ਸੰਨੀ ਦਿਓਲ ਐਜ਼ ਏ ਪੋਲੀਟੀਸ਼ੀਅਨ ਉਹ ਕੰਪਲੀਟਲੀ ਫੇਲ ਹੋਏ ਆ, ਔਰ ਲੋਕਾਂ ਨੂੰ ਮਾਯੂਸ ਕੀਤਾ ਉਹਨਾਂ ਨੇ, ਇਹ ਨਲਕੇ ਜਿਹੜੇ ਉੱਥੇ ਪੱਟੇ ਆ, ਅਤੇ ਕਾਸ਼ ਕਿਤੇ ਪੰਜਾਬ 'ਚ ਵੀ ਕਿਤੇ ਲਗਾਏ ਹੁੰਦੇ ਨਲਕੇ ਜਾਂ ਕੰਮ ਕੀਤਾ ਹੁੰਦਾ, ਅਤੇ ਅੱਜ ਗੁਰਦਾਸਪੁਰ ਦੀ ਜਿਹੜੀ ਦਿਸ਼ਾ ਅਤੇ ਦਸ਼ਾ ਕੁਛ ਹੋਰ ਹੁੰਦੀ ਸੀ।
ਸੰਨੀ ਦਿਓਲ ਤੋਂ ਇਲਾਵਾ ਹੋਰ ਐਕਟਰ ਕਿਹੜਾ ਚੰਗਾ ਲੱਗਦਾ? ਪੰਜਾਬੀ ਐਕਟਰ ਗਿੱਪੀ ਗਰੇਵਾਲ ਹੈ, ਦਲਜੀਤ ਹੈ, ਵੀਨੂ ਢਿੱਲੋਂ ਹੈ, ਹੁਣ ਤਾਂ ਤੁਹਾਡੇ ਸਾਥੀ ਕਰਮਜੀਤ ਅਨਮੋਲ ਵੀ ਹੈਗੇ ਨੇ, ਕਿਹੜਾ ਐਕਟਰ ਚੰਗੇ ਲੱਗਦੇ ਆ? ਦਲਜੀਤ ਦੋਸਾਂਝ ਜਿਹੜੇ ਆ ਉਹ ਆਫ ਕੋਰਸ ਇਜ਼ ਦ ਬੈਸਟ ਐਕਟਰ, ਤੇ ਕਾਫੀ ਜਿਹੜਾ ਉਹਨਾਂ ਦਾ ਕੰਮ ਹੈ ਉਹਨੂੰ ਸਰਾਹਿਆ ਜਾਂਦਾ, ਔਰ ਖਾਸ ਤੌਰ ਤੇ ਹੁਣ ਜਿਹੜੀ ਚਮਕੀਲਾ ਫਿਲਮ ਉਹਨਾਂ ਦੀ ਆਈ ਹੈ ਤੇ ਉਹ ਬਹੁਤ ਅੱਛੀ ਚੱਲ ਰਹੀ ਹੈ, ਵਧੀਆ ਫਿਲਮਾਂ ਵੇਖਦੇ ਹੋ ਤੁਸੀਂ? ਹੈ ਚਮਕੀਲਾ ਦੇਖੀ ਤੁਸੀਂ? ਨਹੀਂ, ਦੇਖੀ ਤਾਂ ਨਹੀਂ, ਪਰ ਉਹਦੇ ਜਿੰਨੇ ਪ੍ਰੋਮੋਸ ਨੇ ਉਹਨਾਂ ਕਾਫੀ ਧਿਆਨ ਨਾਲ ਦੇਖੇ। ਹੁਸ਼ਿਆਰਪੁਰ ਦੇ ਵਿੱਚ ਬੀਜੇਪੀ ਦਾ ਦਬਦਬਾ ਰਿਹਾ ਵਾ, ਹੁਸ਼ਿਆਰਪੁਰ ਪਹਿਲਾਂ ਵਿਜੇ ਸਾਂਪਲਾ ਜਿੱਤੇ ਨੇ, ਫਿਰ ਸੋਮ ਪ੍ਰਕਾਸ਼ ਜਿੱਤੇ ਨੇ, ਹੁਣ ਉਹਨਾਂ ਦੀ ਸੋਮ ਪ੍ਰਕਾਸ਼ ਦੀ ਪਤਨੀ ਨੂੰ ਟਿਕਟ ਮਿਲ ਜਾਂਦੀ ਹੈ, ਕਿੰਨਾ ਕੁ ਅਸਰ ਤੁਹਾਨੂੰ ਲੱਗਦਾ ਹੈ ਕਿ ਬੀਜੇਪੀ ਜਦੋਂ ਅਯੋਧਿਆ ਦੀ ਗੱਲ ਕਰਦੀ ਹੈ, ਰਾਮ ਮੰਦਿਰ ਦੀ ਗੱਲ ਕਰਦੀ ਹੈ, ਤਾਂ ਹੁਸ਼ਿਆਰਪੁਰ ਦੇ ਵਿੱਚ ਕੀ ਲੱਗਦਾ ਉਹ 10 ਸਾਲ ਵਾਲਾ ਜਿਹੜਾ ਕਿਲਾ ਵਾ ਉਹ ਤੁਸੀਂ ਢਾ ਪਾਓਗੇ? ਦੇਖੋ, ਹੁਸ਼ਿਆਰਪੁਰ ਦੇ ਲੋਕ ਅੱਜ ਆਪਣੇ ਆਪ ਨੂੰ ਬੜਾ ਠਗਿਆ ਠਗਿਆ ਮਹਿਸੂਸ ਕਰ ਰਿਹਾ, ਕਿਉਂਕਿ 10 ਸਾਲ ਹੁਸ਼ਿਆਰਪੁਰ ਦੇ ਲੋਕਾਂ ਨੇ ਬੀਜੇਪੀ ਨੂੰ ਜਿੱਥੇ ਮੌਕਾ ਦਿੱਤਾ ਉੱਥੇ ਹੀ ਲੱਕੀਲੀ ਦੋਨੇ ਜਦੋਂ ਮੈਂਬਰ ਪਾਰਲੀਮੈਂਟ ਬਣੇ ਆ ਅਤੇ ਮੰਤਰੀ ਵੀ ਰਹੇ ਆ, ਔਰ ਖਾਸ ਤੌਰ 'ਤੇ ਮਾਯੂਸੀ ਜਿਹੜੀ ਹੈ 19 ਤੋਂ ਲੈ ਕੇ 24 ਤੱਕ ਤਾਂ ਬਿਲਕੁਲ ਬੜੀ ਮਾਯੂਸੀ ਰਹੀ ਹੈ, ਕਿਉਂਕਿ ਨਾ ਤਾਂ ਬੀਜੇਪੀ ਦੇ ਕੰਮ ਨਜ਼ਰ ਆਏ, ਨਾ ਤਾਂ ਉਹ ਲੀਡਰ ਦੇ ਕੰਮ ਨਜ਼ਰ ਆਏ ਅਤੇ ਨਾ ਹੀ ਲੀਡਰ ਦੀ ਆਪ ਨਜ਼ਰ ਆਏ। ਸੋ ਲੋਕਾਂ 'ਚ ਬਹੁਤ ਵੱਡੀ ਮਾਯੂਸੀ ਹੈ ਕਿ ਜਿਹੜਾ ਐਮ ਪੀ ਬਣਾ ਕੇ ਭੇਜਿਆ ਸੀ ਉਹ ਲੋਕਾਂ ਦੇ ਵਿੱਚੋਂ ਗਾਇਬ ਰਿਹਾ। ਔਰ ਦੂਸਰਾ, ਜਿੱਥੇ ਤੱਕ ਗੜ੍ਹ ਦੀ ਗੱਲ ਹੈ, ਮੈਂ ਸਮਝਦਾ ਕਿ ਗੜ੍ਹ ਜਿਹੜਾ ਹੈ ਉਹ ਟੁੱਟ ਚੁੱਕਾ। ਰਾਮ ਮੰਦਿਰ, ਅਯੋਧਿਆ, ਨਰਿੰਦਰ ਮੋਦੀ ਚਿਹਰਾ, ਕਿੰਨਾ ਕੁ ਅਸਰ ਜਿਹੜਾ ਹੁਸ਼ਿਆਰਪੁਰ 'ਚ ਦੇਖਣ ਨੂੰ ਮਿਲੇਗਾ? ਦੇਖੋ, ਜਿੱਥੇ ਤੱਕ ਧਾਰਮਿਕ ਸਿਆਸਤ ਦਾ ਮਕਸਦ ਹੈ ਜਾਂ ਮਤਲਬ ਹੈ, ਲੋਕ ਅੱਜ ਧਾਰਮਿਕ ਸਿਆਸਤ ਤੋਂ ਬਹੁਤ ਉਬ ਚੁੱਕੇ ਹੈ, ਕਿਉਂਕਿ ਲੋਕ ਇਹ ਚਾਹੁੰਦੇ ਆ ਭਈ ਸਰਕਾਰ ਜਿਸ ਕੰਮ ਲਈ ਚੁਣੀ ਗਈ ਹੈ, ਕੰਮ ਕਰਨ ਲਈ ਚੁਣੀ ਗਈ ਹੈ, ਅਤੇ ਸਰਕਾਰ ਕੰਮ ਕਰੇ, ਅਤੇ ਲੋਕਾਂ ਨੂੰ ਕੰਮ ਜਦੋਂ ਨਜ਼ਰ ਨਹੀਂ ਆਉਂਦੇ ਤਾਂ ਲੋਕ ਮਾਯੂਸ ਹੁੰਦੇ, ਕਿਉਂਕਿ ਜਿੱਥੇ ਤੱਕ ਮੰਦਿਰ ਦੀ ਗੱਲ ਹੈ, ਰਾਮ ਮੰਦਿਰ ਦੀ ਗੱਲ ਹੈ ਜਾਂ ਧਰਮ ਦੀ ਗੱਲ ਹੈ, ਅਤੇ ਮੈਂ ਸਮਝਦਾ ਕਿ ਲੋਕਾਂ ਦਾ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਰਾਮ ਮੰਦਿਰ ਨੂੰ ਡਿਵੈਲਪ ਕਰਨ ਦੇ ਵਿੱਚ, ਬਣਾਉਣ ਦੇ ਵਿੱਚ ਸੇਵਾਵਾਂ ਹੈ ਲੋਕਾਂ ਦੀਆਂ, ਔਰ ਲੋਕਾਂ ਦੀ ਆਸਥਾ ਵੀ ਸਾਰਿਆਂ ਦੀ ਹੈ, ਇਹ ਨਹੀਂ ਵੀ ਕੋਈ ਵੀ ਕਿਸੇ ਵੀ ਪਾਰਟੀ ਦਾ ਕੋਈ ਵੀ ਹੈ, ਹਰ ਇੱਕ ਦੀ ਆਸਥਾ ਹੈ। ਸੋ ਇਸ ਕਰਕੇ ਮੰਦਿਰ ਤੋਂ ਉੱਪਰਲੀ ਸਿਆਸਤ ਦੀ ਗੱਲ ਹੈ, ਕੰਮ ਦੀ ਸਿਆਸਤ ਦੀ ਗੱਲ ਹੈ, ਲੋਕ ਸਮਝਦੇ ਹੈ। 10 ਸਾਲ ਦੇ ਵਿੱਚ ਲੋਕ ਅੱਜ ਇਹ ਮੁਲਿਆਂਕਣ ਕਰਨਾ ਚਾਹੁੰਦੇ ਵੀ ਭਾਈ ਇਹ ਕੀਤਾ ਕੀ ਹੈ, ਕਿ ਸਰਕਾਰ ਨੇ ਸਰਕਾਰ ਦੇ ਤੌਰ 'ਤੇ ਕੁਛ ਕੀਤਾ, ਚਿਹਰੇ ਦੇ ਤੌਰ 'ਤੇ ਕੀਤਾ। ਸੋ ਅੱਜ ਲੋਕ ਜਿਹੜੇ ਆ ਬੜੇ ਡਿਮੋਰਲਾਈਜ਼ ਨੇ, ਅਤੇ ਲੋਕ ਮੈਂ ਸਮਝਦਾ ਕਿਤੇ ਨਾ ਕਿਤੇ ਅੱਜ ਵੱਡੇ ਤਬਦੀਲੀ ਵੱਲ ਵੱਧ ਰਹੇ। ਕਾਂਗਰਸ ਤੋਂ ਤੁਸੀਂ ਆਏ ਹੋ, ਕਾਂਗਰਸ ਸਾਰੇ ਲੀਡਰ ਛੱਡ ਰਹੇ ਨੇ, ਵਜ੍ਹਾ ਕੀ ਹੈ? ਦਲਵੀਰ ਗੋਲਡੀ ਵੀ ਛੱਡ ਗਏ, ਇਸ ਤੋਂ ਇਲਾਵਾ ਰਵਨੀਤ ਬਿੱਟੂ ਵੀ ਛੱਡ ਗਏ, ਪੁਰਾਣੇ ਜਿਹੜੇ ਲੀਡਰ ਨੇ ਚਾਹੇ ਸੁਨੀਲ ਜਾਖੜ ਹੋਣ, ਕੈਪਟਨ ਅਮਰਿੰਦਰ ਸਿੰਘ ਹੋਣ, ਕਾਂਗਰਸ ਕਿਉਂ ਸਾਰੀ ਪੰਜਾਬ ਦੇ ਵਿੱਚ ਛੱਡਦੀ ਜਾ ਰਹੀ ਹੈ? ਦੇਖੋ, ਜੇ ਇੰਨੇ ਵੱਡੀ ਗਿਣਤੀ ਦੇ ਲੀਡਰ ਛੱਡ ਰਹੇ ਨੇ ਤਾਂ ਇਹਦਾ ਮਤਲਬ ਇਹ ਹੈ ਵੀ ਕੁਛ ਨਾ ਕੁਛ ਪਾਰਟੀ ਦੇ ਵਿੱਚ ਗੜਬੜ ਹੈ, ਕਿਉਂਕਿ ਕਾਂਗਰਸ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ, ਬੜੀ ਵੱਡੀ ਬਿਮਾਰੀ ਹੈ ਕਿ ਪਹਿਲਾਂ ਤਾਂ ਲੀਡਰ ਨੂੰ ਬਣਾਇਆ ਜਾਂਦਾ, ਲੀਡਰ ਨੂੰ ਡਿਵੈਲਪ ਕੀਤਾ ਜਾਂਦਾ, ਅਤੇ ਜਦੋਂ ਲੀਡਰ ਪੂਰਾ ਆਪਣੀ ਪੀਕ 'ਤੇ ਪਹੁੰਚ ਜਾਂਦਾ ਅਤੇ ਉਸ ਤੋਂ ਬਾਅਦ ਉਸਨੂੰ ਢਾਉਣ ਦੀਆਂ ਕੋਸ਼ਿਸ਼ ਸ਼ੁਰੂ ਹੋ ਜਾਂਦੀ, ਲੀਡਰ ਨੂੰ ਡਿਸਟਰੋਏ ਕਰਨ ਦੀਆਂ ਕੋਸ਼ਿਸ਼ ਸ਼ੁਰੂ ਹੋ ਜਾਂਦੀ, ਸੋ ਜਿਹਦੇ ਕਰਕੇ ਲੀਡਰ ਨੂੰ ਵੀ ਪਤਾ ਲੱਗ ਜਾਂਦਾ। ਔਰ ਦੂਸਰਾ, ਪਾਰਟੀ ਦੇ ਵਿੱਚ ਡਿਸਿਪਲਿਨ ਦੀ ਬਹੁਤ ਭਾਰੀ ਕਮੀ ਹੈ, ਔਰ ਤੀਸਰਾ, ਮੈਂ ਸਮਝਦਾ ਕਿ ਕਿਤੇ ਨਾ ਕਿਤੇ ਜਿਹੜੀ ਹੈ ਉਹ ਜਿਹੜੀ ਪ੍ਰੋਬਲਮ ਇਹਦੀ ਆਪਸ ਦੇ ਵਿੱਚ ਜਿਹੜੀ ਹੈ, ਕੋਈ ਪ੍ਰੋਗਰਾਮਸ ਕਰਨੇ ਆ ਜਾਂ ਕੁਛ ਕਰਨਾ, ਕੋਆਰਡੀਨੇਸ਼ਨ ਦੀ ਬਹੁਤ ਵੱਡੀ ਕਮੀ ਹੈ,
ਕਾਂਗਰਸ ਛੱਡਣ ਵਾਲਿਆਂ ਨੂੰ ਕਾਂਗਰਸ ਦੇ ਪ੍ਰਤਾਪ ਬਾਜਵਾ ਹੋਰੀ, ਰਾਜਾ ਵੜਿੰਗ ਹੋਰੀ ਗੱਦਾਰ ਕਹਿ ਰਹੇ ਆ। ਕਹਿੰਦੇ ਔਖੀ ਘੜੀ ਦੇ ਵਿੱਚ ਫਾਇਦੇ ਲੈ ਕੇ ਜਿਹੜੇ ਨੇ ਉਹ ਕਾਂਗਰਸ ਨੂੰ ਅਲਵਿਦਾ ਕਹਿ ਰਹੇ ਨੇ। ਦੇਖੋ, ਕਾਂਗਰਸ ਤੇ ਔਖੀ ਘੜੀ ਕਦੇ ਵੀ ਨਹੀਂ ਆ ਸਕਦੀ ਸੀ ਜੇ ਇਹਨਾਂ ਨੇ ਲੀਡਰਸ਼ਿਪ ਨੂੰ ਸੰਭਾਲਿਆ ਹੁੰਦਾ, ਜੇ ਲੀਡਰਸ਼ਿਪ ਨੂੰ ਅੱਛੀ ਤਰ੍ਹਾਂ ਡਿਸਿਪਲਿਨ ਦਿੱਤਾ ਹੁੰਦਾ, ਅੱਛੀ ਤਰ੍ਹਾਂ ਰੱਖਿਆ ਹੁੰਦਾ, ਅੱਛੀ ਤਰ੍ਹਾਂ ਮਾਣ ਸਤਿਕਾਰ ਦਿੱਤਾ ਹੁੰਦਾ, ਤੇ ਮੈਂ ਸਮਝਦਾ ਕਿ ਕੌਣ ਕਰ ਕੌਣ ਛੱਡਣਾ ਚਾਹੁੰਦਾ। ਸੋ ਇਹਨਾਂ ਨੇ ਕਿਤੇ ਨਾ ਕਿਤੇ ਹਾਲਾਤ ਐਸੇ ਪੈਦਾ ਕੀਤੇ ਆ। ਕਿਹੜੇ ਕਿਹੜੇ ਕੰਮ ਹੋਣੇ ਚਾਹੀਦੇ ਨੇ ਜਿਹੜੇ ਤੁਸੀਂ ਕਰਾ ਸਕਦੇ ਹੋ ਜਾਂ ਤੁਹਾਨੂੰ ਲੱਗਦਾ ਕਿ ਪਹਿਲਾਂ ਨਹੀਂ ਹੋਏ? ਦੇਖੋ, ਹੁਸ਼ਿਆਰਪੁਰ ਭਾਵੇਂ ਲਿਟਰੇਸੀ ਦੇ ਵਿੱਚ ਲਿਟਰੇਸੀ ਰੇਟ ਸਭ ਤੋਂ ਜ਼ਿਆਦਾ ਹੈ, ਪਰ ਮੈਂ ਸਮਝਦਾ ਕਿ ਕਿਤੇ ਨਾ ਕਿਤੇ ਬਹੁਤ ਸਾਰੇ ਖੇਤਰਾਂ ਦੇ ਵਿੱਚ ਹੁਸ਼ਿਆਰਪੁਰ ਪਛੜਿਆ ਪਿਆ। ਖਾਸ ਤੌਰ 'ਤੇ ਮੈਡੀਕਲ ਕਾਲਜ ਦਾ, ਮੈਡੀਕਲ ਕਾਲਜ ਐਂਡ ਹੋਸਪਿਟਲ ਦਾ, ਕੈਂਸਰ ਹੋਸਪਿਟਲ ਦਾ, ਇਹ ਬਹੁਤ ਦੇਰ ਤੋਂ ਜਿਹੜਾ ਇਹ ਚਰਚਾ ਚੱਲ ਰਹੀ ਹੈ ਵੀ ਇਹ ਬਣਾਵਾਂ ਕਈ ਦਹਾਕਿਆਂ ਤੋਂ, ਪਰ ਬੜੀ ਹੈਰਾਨੀ ਦੀ ਗੱਲ ਹੈ ਵੀ ਅੱਜ ਤੱਕ ਜਿਹੜਾ ਨਾ ਤਾਂ ਮੈਡੀਕਲ ਕਾਲਜ ਬਣ ਸਕਿਆ ਨਾ ਹੋਸਪਿਟਲ ਬਣ ਸਕਿਆ। ਸੋ ਇਸ ਕਰਕੇ ਬੜਾ ਕਿਤੇ ਨਾ ਕਿਤੇ ਬੜੀ ਵੱਡੀ ਜਿਹੜੀ ਪ੍ਰੋਬਲਮ। ਸੋ ਮੇਰੀ ਸਭ ਤੋਂ ਪਹਿਲਾਂ ਪਹਿਲ ਕਦਮੀ ਵਿੱਚ ਇੱਕ ਰਹੇਗਾ ਕਿ ਜਿਹੜਾ ਮੈਡੀਕਲ ਕਾਲਜ ਐਂਡ ਹੋਸਪਿਟਲ ਉਹਨੂੰ ਸ਼ੁਰੂ ਕਰਨਾ, ਉਹਨੂੰ ਚਲਾਉਣਾ ਅਤੇ ਲੋਕਾਂ ਨੂੰ ਸਮਰਪਿਤ ਕਰਨਾ। ਹੋਸਪਿਟਲ ਤੋਂ ਬਾਅਦ ਜਿਹੜੀ ਸਭ ਤੋਂ ਵੱਡੀ ਹੁਸ਼ਿਆਰਪੁਰ ਦੇ ਵਿੱਚ ਪ੍ਰੋਬਲਮ ਹੈ ਉਹ ਹੈ ਬੇਰੁਜ਼ਗਾਰੀ ਦੀ। ਸੋ ਬੇਰੁਜ਼ਗਾਰੀ ਨੂੰ ਦੂਰ ਕਰਨ ਦੇ ਲਈ ਜਿੱਥੇ ਸਾਡੀ ਸਰਕਾਰ ਬਹੁਤ ਉਪਰਾਲੇ ਕਰ ਰਹੀ ਹੈ, ਕਰੀਬ 43,000 ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਜਾ ਚੁੱਕੀਆਂ, ਅਤੇ 43,000 ਨੌਕਰੀਆਂ ਦਾ ਮਤਲਬ ਕਿ ਇੰਨੇ ਪਰਿਵਾਰਾਂ ਨੇ ਬਾਹਰ ਵੀ ਚਲੇ ਜਾਣਾ ਸੀ। ਸੋ 2-2.5 ਲੱਖ ਦੀ ਜਿਹੜੀ ਪਾਪੂਲੇਸ਼ਨ ਹੈ ਉਹਦੀ ਜਿਹੜੀ ਓਵਰਸੀਜ਼ ਮਾਈਗ੍ਰੇਸ਼ਨ ਹੈ ਉਸ ਨੂੰ ਰੋਕਣ ਦਾ ਜੋ ਪ੍ਰਬੰਧ ਕੀਤਾ ਮਾਨ ਸਾਹਿਬ ਨੇ, ਮੈਂ ਸਮਝਦਾ ਕਿ ਬਹੁਤ ਇੱਕ ਵੱਡੀ ਰਾਹਤ ਹੈ। ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਰੁਜ਼ਗਾਰ ਦੇ ਲਈ ਖਾਸ ਤੌਰ 'ਤੇ ਵੱਡੀ ਇੰਡਸਟਰੀ ਲੈ ਕੇ ਆਉਣਾ, ਰੇਲ ਕੋਚ ਫੈਕਟਰੀ ਵਰਗੀ ਇੰਡਸਟਰੀ ਲੈ ਕੇ ਆਉਣਾ, ਉਹ ਸਾਡਾ ਮਤਲਬ ਸਾਡੀ ਪ੍ਰਾਇਰਟੀ ਰਹੇਗੀ ਤਾਂ ਕਿ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਚਲੋ, ਇੱਥੇ ਉਤਰ ਕੇ ਵੀ ਗੱਲਬਾਤ ਕਰਦੇ ਹਾਂ, ਮੋਟਰ 'ਤੇ ਆ ਗਏ, ਖੇਤਾਂ 'ਚ ਆ ਗਏ ਹਾਂ, ਇੱਥੇ ਵੀ ਗੱਲਬਾਤ ਜਿਹੜੀ ਹੈ ਤੁਹਾਡੇ ਨਾਲ ਜਾਰੀ ਰਹੇਗੀ, ਕੁਛ ਕਿਸਾਨ ਵੀ ਨੇ ਇੱਥੇ, ਉਹਨਾਂ ਨਾਲ ਵੀ ਗੱਲਬਾਤ ਜਾਰੀ ਰੱਖਾਂਗੇ। ਨੇਤਾ ਜੀ ਨਾਲ ਟਰੈਕਟਰ 'ਤੇ ਚੁਣਾਵੀ ਗੇੜੀ ਮਾਰਦੇ ਮਾਰਦੇ ਇਸ ਵੇਲੇ ਖੇਤਾਂ 'ਚ ਪਹੁੰਚੇ, ਇੱਥੇ ਗੱਲਬਾਤ ਵੀ ਕਰਾਂਗੇ ਔਰ ਇਹਨਾਂ ਦੇ ਨਾਲ ਚਾਹ ਵੀ ਪੀਵਾਂਗੇ। ਔਰ ਕੁਛ ਕਿਸਾਨ ਨੇ, ਕਿਉਂਕਿ ਕਿਸਾਨਾਂ ਦਾ ਮਸਲਾ ਇਸ ਵੇਲੇ ਬਹੁਤ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ, ਕਿਸਾਨ ਕਹਿ ਰਹੇ ਨੇ ਕੋਈ ਵੀ ਸਾਡੀ ਸੁਣਵਾਈ ਨਹੀਂ ਕਰਦਾ, ਵੋਟਾਂ ਦੇ ਲਈ ਸਾਡੇ ਕੋਲ ਵੋਟ ਮੰਗਣ ਆ ਜਾਂਦੇ ਨੇ। ਕਿਸਾਨਾਂ ਦੇ ਮਸਲੇ ਦੀ ਗੱਲ ਕੀਤੀ ਜਾਵੇ, ਦਿੱਲੀ ਇੱਕ ਬਹੁਤ ਵੱਡਾ ਅੰਦੋਲਨ ਹੁੰਦਾ ਵੈ ਔਰ ਉਸ ਅੰਦੋਲਨ 'ਚ 700 ਤੋਂ ਜ਼ਿਆਦਾ ਕਿਸਾਨਾਂ ਦੀ ਮੌਤ ਹੋ ਜਾਂਦੀ ਹੈ, 3 ਕਾਨੂੰਨ ਵਾਪਸ ਹੋ ਜਾਂਦੇ ਹੈ, ਲੇਕਿਨ ਕਿਸਾਨਾਂ ਦੀ ਹਾਲਤ ਅੱਜ ਵੀ ਉੱਥੇ ਹੀ ਖੜੀ ਹੈ, ਕਿਸਾਨਾਂ ਦੀ ਹਾਲਤ ਠੀਕ ਨਹੀਂ ਹੋਈ ਹੈ, ਹਰ ਕੋਈ ਵੋਟ ਮੰਗਣ ਦੇ ਲਈ ਕਿਸਾਨਾਂ ਕੋਲ ਆਉਂਦਾ। ਤੁਸੀਂ ਕਿਸਾਨਾਂ ਲਈ ਕੀ ਕਰ ਸਕਦੇ ਹੋ ਔਰ ਕਿਸਾਨਾਂ ਦੀ ਇਸ ਹਾਲਤ ਲਈ ਜ਼ਿੰਮੇਵਾਰ ਕਿਸ ਨੂੰ ਮੰਨਦੇ ਹੋ? ਦੇਖੋ, ਜੋ ਇਹ ਸਭ ਤੋਂ ਮੇਰਾ ਖਿਆਲ ਇਤਿਹਾਸ ਦਾ ਸਭ ਤੋਂ ਵੱਡਾ ਜੇਕਰ ਕੋਈ ਅੰਦੋਲਨ ਹੋਇਆ ਤੇ ਉਹ ਕਿਸਾਨ ਅੰਦੋਲਨ, ਜਿਹੜਾ ਕਿਸਾਨ ਅੰਦੋਲਨ 1 ਜਿਹੜਾ 385 ਦਿਨ ਕਰੀਬ ਚੱਲਿਆ, ਤੇ ਉਸ 385 ਦਿਨਾਂ ਦੇ ਵਿੱਚ ਜਿਸ ਤਰ੍ਹਾਂ 750 ਤੋਂ ਵੀ ਜ਼ਿਆਦਾ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ ਔਰ ਕਿਸਾਨਾਂ ਦੇ ਨਾਲ ਸਭ ਤੋਂ ਵੱਡੀ ਗੱਲ ਵੀ ਐਡਾ ਵੱਡਾ ਧੋਖਾ ਹੋਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ 'ਤੇ। ਹੁਣ ਮੈਂ ਧਰਮ ਦੀ ਗੱਲ ਕਰਦਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ, ਉਹਨਾਂ ਦੇ ਪ੍ਰਕਾਸ਼ ਦਿਹਾੜੇ 'ਤੇ ਮਾਨਯੋਗ ਪ੍ਰਾਈਮ ਮਿਨਿਸਟਰ ਨੇ ਐਲਾਨ ਕੀਤਾ ਹੈ ਵੀ ਜਿਹੜੇ 3 ਕਾਨੂੰਨ ਆ ਉਹ ਅਸੀਂ ਵਾਪਸ ਲੈਂਦੇ ਹਾਂ, ਉਹ ਰੱਦ ਕਰਦੇ ਹਾਂ, ਅਤੇ ਨਾਲ ਅਸੀਂ ਕਮੇਟੀ ਬਣਾਵਾਂਗੇ ਜਿਹੜੀ MSP ਕਿਸਾਨਾਂ ਨੂੰ ਜਾਂ ਹੋਰ ਜਿਹੜੀਆਂ ਮੰਗਾਂ ਉਹਨਾਂ ਦੀਆਂ ਜਾਂ ਕਿਸਾਨ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀਆਂ ਫੈਮਿਲੀਜ਼ ਨੂੰ ਰੀਹੈਬਿਲੀਟੇਟ ਕਰਨ ਦੀ ਕੋਸ਼ਿਸ਼ ਮਤਲਬ ਆਪਾਂ ਕਰਾਂਗੇ, ਹੋਰ ਜਿੰਨੀਆਂ ਮੰਗਾਂ ਸਾਰੀਆਂ ਵਾਅਦਾ ਕੀਤਾ। ਅਤੇ ਮਤਲਬ ਬੜਾ ਮਤਲਬ ਇੱਥੋਂ ਤੱਕ ਗੁਰੂਆਂ ਦੀ ਸ਼ਰਮ ਵੀ ਨਹੀਂ ਕੀਤੀ ਵੀ ਗੁਰੂਆਂ ਦੇ ਪ੍ਰਕਾਸ਼ ਦਿਹਾੜੇ 'ਤੇ ਐਡਾ ਵੱਡਾ ਐਲਾਨ ਹੋਇਆ ਔਰ ਕਿਸਾਨਾਂ ਨੂੰ ਫਿਰ
ਅੱਜ ਵੀ ਜਿਹੜੇ ਉਹਨਾਂ ਦੇ ਫਸਲਾਂ ਦੇ ਵਾਜਬ ਬੁੱਲ ਜਿਹਨੂੰ ਆਪਾਂ MSP C2+50 ਕਹਿੰਦੇ, ਉਹ ਅੱਜ ਵੀ ਨਹੀਂ ਮਿਲ ਰਹੇ। ਸੋ ਐਡਾ ਵੱਡਾ ਧੋਖਾ ਮੈਂ ਸਮਝਦਾ ਕਿ ਇੱਕ ਪਾਸੇ ਜਿੱਥੇ ਤੁਸੀਂ ਆਪਾਂ ਮੰਦਰ ਦੀ ਗੱਲ ਕਰਦੇ ਹਾਂ, ਰਾਮ ਮੰਦਰ ਦੀ ਗੱਲ ਕਰਦੇ, ਜਿਹੜੇ ਮੰਦਰ ਗੁਰਦੁਆਰੇ ਤਾਂ ਸਾਰੇ ਇਨਸਾਨਾਂ ਦੇ ਇੱਥੇ ਨੇ, ਔਰ ਹਰ ਇੱਕ ਸਾਡੇ ਇੰਡੀਆ ਦੇ ਵਿੱਚ ਖਾਸ ਤੌਰ 'ਤੇ ਪੰਜਾਬ ਦੇ ਵਿੱਚ ਸਾਰੇ ਹਰ ਧਰਮ ਦਾ ਸਤਿਕਾਰ ਕਰਦੇ ਆ। ਸੋ ਇਹਨਾਂ ਹਾਲਾਤਾਂ ਦੇ ਵਿੱਚ ਮੈਂ ਸਮਝਦਾ ਕਿ ਜੇਕਰ ਕਿਸਾਨਾਂ ਨਾਲ ਧੋਖਾ ਹੋਇਆ, ਉਹ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ 'ਤੇ ਧੋਖਾ ਹੋਇਆ, ਅਤੇ ਇਸ ਤੋਂ ਵੱਡਾ ਮੈਂ ਸਮਝਦਾ ਕਿ ਕਦੇ ਵੀ ਲੋਕ ਬਖਸ਼ਣਗੇ ਨਹੀਂ। ਤੁਸੀਂ ਦੇਖਿਆ ਹੋਣਾ ਕਿ ਜਿੰਨੇ ਵੀ ਉਮੀਦਵਾਰ ਹੈ BJP ਦੇ, ਹੁਣ ਉਹਨਾਂ ਦਾ ਕਿਸ ਤਰ੍ਹਾਂ ਘਰਾਓ ਹੋ ਰਿਹਾ, ਕਿਸ ਤਰ੍ਹਾਂ ਪ੍ਰੋਟੈਸਟ ਹੋ ਰਹੇ, ਸਾਰਾ ਉਸੀ ਦਾ ਨਤੀਜਾ ਹੈ। ਸੋ ਮੈਂ ਸਮਝਦਾ ਕਿ ਕਿਸਾਨਾਂ ਦੇ ਨਾਲ ਜੋ ਜੇ ਅੱਜ ਕਿਸਾਨਾਂ ਦੀਆਂ ਜੋ ਸਮੱਸਿਆਵਾਂ ਨੇ, ਇਹ ਕਿਤੇ ਨਾ ਕਿਤੇ ਜਿਹੜੇ 10 ਸਾਲ ਹੈ ਇਹ ਵੀ ਜ਼ਿੰਮੇਵਾਰ ਨੇ। ਤੁਸੀਂ ਦੇਖੋ ਵੀ ਜੇਕਰ ਆਪਾਂ ਰਾਈਟ ਆਫ ਦੀ ਗੱਲ ਕਰੀਏ ਤਾਂ ਕਾਰਪੋਰੇਟ ਸੈਕਟਰ ਦਾ ਜਿਹੜਾ 17.5 ਲੱਖ ਰੁਪਈਆ ਉਹ ਮਤਲਬ ਉਹ 'ਤੇ ਲਕੀਰ ਫੇਰ ਦਿੰਦੀ ਸਰਕਾਰ, ਔਰ ਕਿਸਾਨਾਂ ਦਾ ਸਿਰਫ 2.5 ਲੱਖ ਕਰੋੜ ਰੁਪਏ ਦਾ ਪੂਰੇ ਦੇਸ਼ ਦਾ ਕਰਜ਼ਾ ਹੈ, ਅਤੇ 1 ਲੱਖ ਕਰੋੜ ਦਾ ਕਰੀਬ, 1 ਲੱਖ ਕਰੋੜ ਤੋਂ ਥੋੜ੍ਹਾ ਜ਼ਿਆਦਾ ਪੰਜਾਬ ਦਾ ਕਰਜ਼ਾ, ਅਤੇ ਉੱਥੇ ਤਾਂ ਆਪਾਂ ਬਿਲਕੁਲ ਸੋ ਸਰਕਾਰ ਬਿਲਕੁਲ ਹੀ ਮਤਲਬ ਕੋਈ ਫਰਕ ਹੀ ਨਹੀਂ ਪੈਂਦਾ। ਸੋ ਮੈਂ ਸਮਝਦਾ ਕਿ ਇਹ ਜਿਹੜੇ ਕਿਤੇ ਨਾ ਕਿਤੇ ਜਿਹੜੇ ਇਸ਼ੂਜ਼ ਨੇ ਇਹਦੇ ਕਰਕੇ ਜਿਹੜੀ ਕਿਸਾਨੀ ਆ ਉਹ ਜ਼ਰੂਰ ਬੈਕਫੁੱਟ 'ਤੇ ਗਈ। ਲੇਕਿਨ ਜਿਹੜਾ ਕਿਸਾਨਾਂ ਵੱਲੋਂ ਵਿਰੋਧ BJP ਲੀਡਰਾਂ ਦਾ ਕੀਤਾ ਜਾ ਰਿਹਾ, BJP ਲੀਡਰ ਇਹ ਕਹਿ ਰਹੇ ਕਿਸਾਨ ਵਿਰੋਧ ਨਹੀਂ ਕਰ ਰਹੇ, ਕਿਸਾਨ ਯੂਨੀਅਨ ਵਿਰੋਧ ਕਰ ਰਹੀਆਂ ਨੇ ਔਰ ਕਿਸਾਨ ਯੂਨੀਅਨ ਤੋਂ ਵਿਰੋਧ ਕਰਵਾਇਆ ਜਾ ਰਿਹਾ, ਇਸ ਦੇ ਪਿੱਛੇ ਸਿਆਸੀ ਤਾਕਤ ਹੈ ਕੋਈ। ਕਹਿੰਦੇ ਕਿ ਓਪੋਜੀਸ਼ਨ ਇਸ ਤਰੀਕੇ ਨਾਲ ਜਾਣਬੁੱਝ ਕੇ ਮਾਹੌਲ ਪੈਦਾ ਕਰ ਰਹੇ ਨੇ। BJP ਇਹ ਕਲੇਮ ਕਰਦੀ ਹੈ ਕਿ ਇਸ ਕਿਸਾਨਾਂ ਲਈ ਤਾਂ ਅਸੀਂ ਬਹੁਤ ਕੁਝ ਕੀਤਾ ਵਾ ਔਰ ਅੱਗੇ ਵੀ ਕਰਾਂਗੇ। ਰਵਨੀਤ ਬਿੱਟੂ ਵੀ ਇਸ ਗੱਲ ਦਾ ਜ਼ਿਕਰ ਕਰਦੇ ਆ, ਕਹਿੰਦੇ ਕਿ ਜਿਹੜਾ ਵਿਰੋਧ ਹੁੰਦਾ ਵਾ ਉਹ ਕਿਸਾਨ ਨਹੀਂ ਕਰਦੇ। ਹਾਂ, ਬੜੀ ਵੈਸੇ ਦੁੱਖ ਦੀ ਗੱਲ ਹੈ ਕਿ ਜਦ ਤੱਕ ਅੰਦੋਲਨ ਚੱਲਦਾ ਰਿਹਾ ਤਦ ਤੱਕ ਕਿਸਾਨਾਂ 'ਤੇ ਕਿਸ ਤਰ੍ਹਾਂ ਦੇ ਇਲਜ਼ਾਮਾਤ ਚੱਲਦੇ ਰਹੇ ਤੁਹਾਨੂੰ ਪਤਾ ਹੀ ਹੈ। ਉਦੋਂ ਵੀ ਇਹ ਕਹਿੰਦੇ ਸੀ ਜੀ ਇਹ ਯੂਨੀਅਨ ਹੈ, ਕਦੀ ਕਹਿੰਦੇ ਜੀ ਇਹ ਕਮਿਊਨਿਸਟ ਆ, ਫਿਰ ਕਦੀ ਕਹਿੰਦੇ ਟੈਰੋਰਿਸਟ ਆ, ਕਦੀ ਕਹਿੰਦੇ ਲੈਫਟਿਸਟ ਆ, ਮਤਲਬ ਕਈ ਇਲਜ਼ਾਮ ਜਿਹੜੇ ਕਿਸਾਨਾਂ ਦੇ ਉੱਪਰ ਉਦੋਂ ਵੀ ਲੱਗੇ। ਪਰ ਅਸਲੀਅਤ ਇਹ ਹੈ ਵੀ ਜਿਹੜੀ ਕਿਸਾਨ ਯੂਨੀਅਨ ਹੈ ਉਹ ਬਿਲਕੁਲ ਜਿਹੜੀ ਬੈਕਬੋਨ ਆ ਕਿਸਾਨੀ ਦੀ, ਅਤੇ ਉਹ ਬਿਲਕੁਲ ਜਿਹੜੇ ਅੰਦੋਲਨ ਹੋ ਰਹੇ ਜਾਂ ਜਿਹੜੇ ਇਹਦੇ ਘਰਾਓ ਹੋ ਰਹੇ ਆ ਉਹ ਕੋਈ ਕਿਸ ਤਰ੍ਹਾਂ ਘਰਾ ਕਰਵਾ ਸਕਦਾ? ਮੰਨ ਲਓ ਕੋਈ ਰਾਜਨੀਤਿਕ ਤਾਕਤਾਂ ਕੀ ਹਿੰਮਤ ਰੱਖਦੀਆਂ ਵੀ ਕਿਸਾਨਾਂ ਨੂੰ ਕਹਿਣ ਵੀ ਤੁਸੀਂ ਉਹਨਾਂ ਤੁਸੀਂ ਲੋਕਾਂ ਦੇ ਨਜਾਇਜ਼ ਘਰਾਓ ਕਰੋ? ਕੀ ਇਹ ਹੋ ਸਕਦਾ? ਕੀ ਇਹ ਮੁਮਕਿਨ? ਇਹ ਬਿਲਕੁਲ ਮੁਮਕਿਨ ਨਹੀਂ। ਵਿਰੋਧ ਤਾਂ ਤੁਹਾਡੇ ਏਰੀਏ 'ਚ ਵੀ ਭਾਜਪਾ ਦੇ ਉਮੀਦਵਾਰ ਦੇ ਖਿਲਾਫ ਹੋਇਆ, ਉਹ ਵੀ ਇਲਜ਼ਾਮ ਲਾਉਂਦੇ ਆ, ਕਹਿੰਦੇ ਕਿ ਤੁਹਾਡੇ ਵੱਲੋਂ ਜਾਂ ਕਿਸੇ ਨਾ ਕਿਸੇ ਵੱਲੋਂ ਕਰਵਾਇਆ ਜਾਂਦਾ ਵਾ? ਨਹੀਂ, ਅੱਜ ਇਲਜ਼ਾਮ ਲਗਾਉਣ ਦੀ ਕਿ ਜੋ ਮਰਜ਼ੀ ਹੈ, ਪਰ ਜੋ ਆਪਣੇ ਮੈਂ ਸਮਝਦਾ ਗਰੀਬਾਂ ਦੇ ਵਿੱਚ ਝਾਕਣਾ ਜ਼ਰੂਰ ਚਾਹੀਦਾ, ਜੋ ਕਿਸਾਨੀ ਦੇ ਨਾਲ ਜੋ ਇਹਨਾਂ ਨੇ ਜੋ ਵਾਅਦੇ ਕੀਤੇ ਆ ਉਹ ਵਾਅਦਿਆਂ 'ਤੇ ਜੇਕਰ ਨਹੀਂ ਉਤਰੇ, ਅੱਜ ਵੀ ਕਿਸਾਨ ਅੰਦੋਲਨ ਚੱਲ ਰਿਹਾ। ਬਾਕੀ ਜੋ ਇਲਜ਼ਾਮ 'ਤੇ ਮੈਂ ਸਮਝਦਾ ਕਿ ਇਲਜ਼ਾਮ ਤਰਾਸ਼ੀਆਂ ਦੇ ਜੋ ਮਰਜ਼ੀ ਹੋਣ, ਪਰ ਸੱਚਾਈ ਇਹ ਹੈ ਕਿ ਜਿਹੜਾ ਸਟੇਟ ਦੇ ਉੱਪਰ, ਕਿਉਂਕਿ ਹੋਮ ਮਿਨਿਸਟਰੀ ਜਿਹੜੀ ਹੈ ਉਹ ਸੈਂਟਰ ਦੇ ਅੰਡਰ, ਸੋ ਹੋਮ ਮਿਨਿਸਟਰੀ ਦਾ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜੋ ਹਰਿਆਣਾ ਤੱਕ ਵੀ ਨਹੀਂ ਜਾਣ ਦਿੱਤਾ ਗਿਆ, ਇਹ ਕਿਤੇ ਨਾ ਕਿਤੇ ਬਹੁਤ ਵੱਡੀ ਅਤਿਆਚਾਰ ਹੈ ਕਿਸਾਨੀ 'ਤੇ। ਤੁਸੀਂ ਮੈਂਬਰ ਪਾਰਲੀਮੈਂਟ ਬਣ ਕੇ ਕਿਸਾਨਾਂ ਲਈ ਕੀ ਕਰ ਸਕਦੇ ਹੋ? ਕਿਸਾਨ ਸੁਣ ਵੀ ਰਹੇ ਆ ਤੁਹਾਨੂੰ, ਕੀ ਕਰ ਸਕਦੇ ਹੋ? ਦੇਖੋ, ਲੋਕ ਸਭਾ ਦੇ ਵਿੱਚ ਜਾ ਕੇ, ਕਿਉਂਕਿ ਮੈਂ ਪੰਜਾਬ ਤੋਂ ਹੈ ਅਤੇ ਕਿਸਾਨੀ ਅੰਦੋਲਨ ਦੇ ਵਿੱਚ ਜਦੋਂ ਵੀ ਪਹਿਲੇ ਦਿਨ ਸੀਗੇ ਅਤੇ ਪਹਿਲੇ ਦਿਨ ਕਿਸਾਨ ਅੰਦੋਲਨ 2 ਦੇ ਵੀ ਸੀ, ਅਤੇ ਮੈਨੂੰ ਇਹ ਖੁਸ਼ੀ ਹੈ ਕਿ ਮੈਂ ਕਿਸਾਨ ਅੰਦੋਲਨ ਦਾ ਹਮੇਸ਼ਾ ਹਿੱਸਾ ਬਣਿਆ, ਚਾਹੇ ਸ਼ੈਲਿੰਗ ਹੋਈ, ਚਾਹੇ ਟੀਅਰ ਗੈਸ ਜੋ ਵੀ ਛੱਡੇ ਗਏ, ਅਸੀਂ ਅੰਦੋਲਨ ਦੇ ਵਿੱਚ ਪੂਰੀ ਤਰ੍ਹਾਂ ਸ਼ਮੂਲੀਅਤ ਕਰਦੇ ਰਹੇ। ਅਤੇ ਦੂਸਰੀ ਗੱਲ ਇਹ ਵੀ ਕਿਉਂਕਿ ਮੈਂ ਦੁੱਖ ਦਰਦ ਸਾਰੇ ਕਿਸਾਨੀ ਦੇ ਅਤੇ ਮਜ਼ਦੂਰਾਂ ਦੇ, ਗਰੀਬ ਮਜ਼ਦੂਰਾਂ ਦੇ, ਕਿਸਾਨ ਮਜ਼ਦੂਰਾਂ ਦੇ ਦੇਖੇ ਆ, ਸੋ ਮੇਰਾ ਸਭ ਤੋਂ ਪਹਿਲਾਂ ਜਿਹੜਾ ਕੰਮ ਰਹੇਗਾ ਪਾਰਲੀਮੈਂਟ ਦੇ ਵਿੱਚ ਜਾ ਕੇ ਕਿਸਾਨਾਂ ਦੇ ਹੱਕਾਂ ਦੇ ਵਿੱਚ ਆਵਾਜ਼ ਬੁਲੰਦ ਕਰਨਾ, ਖਾਸ ਤੌਰ 'ਤੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਟੇਕਅਪ ਕਰਨਾ ਅਤੇ ਉਹਨਾਂ ਮਸਲਿਆਂ ਦਾ ਹੱਲ ਕਰਵਾਉਣਾ, ਜਿਹੜਾ ਉਹ ਅਹਿਮ ਜ਼ਿੰਮੇਵਾਰੀਆਂ 'ਚੋਂ ਇੱਕ ਰਹੇਗਾ। ਤਾਂ
ਇਸ ਵੇਲੇ ਜਿਹੜੇ ਉਮੀਦਵਾਰ ਆਏ ਨੇ ਵੋਟਾਂ ਮੰਗਣ ਦੇ ਲਈ, ਤਾਂ ਕਿਸਾਨਾਂ ਤੋਂ ਵੀ ਪੁੱਛ ਲੈਂਦੇ ਹਾਂ ਕਿ ਉਹਨਾਂ ਨੂੰ ਕੀ ਚਾਹੀਦਾ ਵਾ, ਕਿਉਂਕਿ ਵੋਟਾਂ ਮੰਗਣ ਤਾਂ ਹਰੇਕ ਉਮੀਦਵਾਰ ਇਹਨਾਂ ਦੇ ਕੋਲ ਆਏਗਾ। ਤੁਹਾਨੂੰ ਦੋ ਕੰਮ ਲੱਗਦਾ ਕਿ ਕਿਹੜੇ ਹੋਣੇ ਚਾਹੀਦੇ ਜੇਕਰ ਕੋਈ ਵੀ ਮੈਂਬਰ ਪਾਰਲੀਮੈਂਟ ਬੰਦਾ ਹੁਸ਼ਿਆਰਪੁਰ ਸਭ ਤੋਂ ਪਹਿਲਾਂ ਕਿਸਾਨਾਂ ਲਈ ਕਰੇ? ਬਿਲਕੁਲ, ਦੇਖੋ ਜੀ, ਪਹਿਲੇ ਤਾਂ ਇਹ ਹੈ ਕਿ ਮੈਂ ਲੋਕਾਂ ਨੂੰ ਇਹ ਅਪੀਲ ਕਰੂੰਗਾ ਕਿ ਪਹਿਲੀ ਵਾਰ ਹੁਣ ਸਾਨੂੰ ਮੌਕਾ ਮਿਲਣ ਜਾ ਰਿਹਾ ਕਿ ਆਪਾਂ ਪੰਜਾਬ ਜੇ ਅੰਨਦਾਤਾ ਇੱਥੋਂ ਤੁਸੀਂ MP ਬਣਾ ਕੇ ਜ਼ਰੂਰ ਭੇਜੋ, ਕਿਉਂਕਿ ਉਹ ਪਾਰਲੀਮੈਂਟ ਹਾਊਸ 'ਚ ਜਾ ਕੇ ਕਿਸਾਨਾਂ ਦੀ ਆਵਾਜ਼ ਚੱਕ ਸਕੇ। ਦੋ ਕੰਮ ਕਿਹੜੇ ਕੀਤੇ? ਪਹਿਲਾ ਇਹ ਆ ਕਿ ਜਿੱਦਾਂ ਇੱਕ ਇਹਨਾਂ ਨੇ ਕੰਮ ਕੀਤਾ ਕਿ ਜਿਹੜਾ 13,400 ਉਹਨਾਂ ਨੇ ਆਪਣੇ ਆੜਾ ਤੇ ਉਹ ਬਣਾਈਆਂ, ਤੇ ਉਹਦੇ ਨਾਲ ਕੀ ਆ ਕਿ ਲਾਸਟ ਖੇਤ ਤੱਕ ਵੀ ਪਾਣੀ ਪਹੁੰਚ ਗਿਆ। ਇੱਕ ਤਾਂ ਪਾਣੀ ਦੀ ਫੈਸਿਲਟੀ ਪ੍ਰੋਪਰ ਚਾਹੀਦੀ ਹੈ, ਪਾਣੀ ਚਾਹੀਦਾ। ਹਾਂਜੀ ਬਿਲਕੁਲ। ਤੇ ਜਿਹੜਾ ਬਿਜਲੀ ਆ, ਬਿਜਲੀ ਦੇ ਉੱਤੇ ਥੋੜਾ ਜਿਹਾ ਹੋਰ ਕੰਮ ਕਰਨ ਕਿ ਜਿੱਦਾਂ ਦਿਨ ਵੇਲੇ ਤੇ ਬਿਜਲੀ ਦਿੱਤੀ ਜਾਂਦੀ ਹੈ, ਉਹਦਾ ਇਹ ਹੈ ਕਿ ਪਹਿਲੇ ਕਿਸਾਨ ਰਾਤ ਨੂੰ ਸਾਰਾ ਕੁਝ ਕਰਦਾ ਸੀਗਾ, ਰਾਤਾਂ ਰਾਤਾਂ ਜਾ ਕੇ ਰਾਤ ਨੂੰ ਬਿਜਲੀ ਚਾਹੀਦੀ, ਦਿਨ ਵੇਲੇ ਚਾਹੀਦੀ। ਹਾਂਜੀ ਬਿਲਕੁਲ, ਦਿਨ ਵੇਲੇ ਚਾਹੀਦੀ ਹੈ ਕਿ ਜਿਹੜੀ ਬਿਜਲੀ ਦੀ, ਬਿਜਲੀ ਤੇ ਪਾਣੀ, ਇਹ ਦੋ ਮੇਜਰ ਚੀਜ਼ਾਂ ਜਿਹਦੇ ਉੱਤੇ ਮੈਂ ਚਾਹੁੰਦਾ ਕਿ ਜਿਹੜੇ ਸਾਡੇ ਉਮੀਦਵਾਰ ਇੱਥੋਂ ਹੈਗੇ ਆ ਰਾਜ ਜੀ, ਉਹ ਜਾ ਕੇ ਸਭ ਤੋਂ ਪਹਿਲੇ ਕਿਸਾਨਾਂ ਲਈ ਦੋ ਚੀਜ਼ਾਂ ਦੀ ਆਵਾਜ਼ਾਂ ਚੁੱਕਣ, ਪਹਿਲਾਂ ਪਾਣੀ ਤੇ ਇੱਕ ਬਿਜਲੀ। ਠੀਕ ਹੈ ਚੱਬੇਵਾਲ ਸਾਹਿਬ, ਕਿਸਾਨਾਂ ਦੀ ਗੱਲ ਤੁਸੀਂ ਅਮੂਮਨ ਸੁਣਦੇ ਹੋ, ਕਿਸਾਨਾਂ ਦੀ ਹਾਲਤ ਅੱਜ ਵੀ ਉੱਦਾਂ ਹੀ ਹੈ ਜਿਹੜੀ ਹਾਲਤ ਪਹਿਲੇ 15-20 ਸਾਲ ਤੋਂ ਅਸੀਂ ਦੇਖ ਰਹੇ ਹਾਂ? ਖੁਦਕੁਸ਼ੀਆਂ ਕਿਸਾਨਾਂ ਨੂੰ ਕਰਨੀਆਂ ਪੈਂਦੀਆਂ ਨੇ, ਕਰਜ਼ਾ ਇੰਨਾ ਜ਼ਿਆਦਾ ਚੜ ਜਾਂਦਾ ਹੈ ਕਿ ਉਹਨਾਂ ਦਾ ਜਿਹੜਾ ਟਰੈਕਟਰ ਹੈ ਜਿਹਨੂੰ ਉਹ ਆਪਣੇ ਪੁੱਤਾਂ ਵਾਂਗੂ ਪਾਲਦੇ ਨੇ, ਉਹ ਟਰੈਕਟਰ ਵੀ ਬੈਂਕ ਵਾਲੇ ਜਿਹੜੇ ਉਹ ਲੈ ਜਾਂਦੇ ਆ, ਕੀ ਕਰ ਸਕਦੇ ਹੋ ਤੁਸੀਂ ਜੇਕਰ ਤੁਹਾਨੂੰ ਮੌਕਾ ਮਿਲਦਾ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਵੀ ਦੱਸਿਆ ਪਹਿਲਾਂ ਵੀ ਕਿ ਪਾਰਲੀਮੈਂਟ ਵਿੱਚ ਜਾ ਕੇ ਕਿਸਾਨਾਂ ਨੂੰ ਜੇ ਮੈਂ ਸਮਝਦਾ ਕਿ ਸਾਨੂੰ ਕੁਛ ਦੇਣ ਦੀ ਲੋੜ ਨਹੀਂ, ਉਹ ਤਾਂ ਸਿਰਫ ਇੰਨਾ ਹੀ ਮੰਗਦੇ ਕਿ C2+50, ਸੋ ਕਰਜ਼ ਮਾਫ਼ੀ ਤੇ MSP, ਇਹ ਦੋਨੇ ਜੇਕਰ ਅਸੀਂ ਕਿਸਾਨਾਂ ਨੂੰ ਦੁਆ ਪਾਏ ਤੇ ਕਿਸਾਨਾਂ ਨੂੰ ਬਹੁਤ ਵੱਡੀ ਰਾਹਤ ਜਿਹੜੀ ਹੈ ਉਹ ਮਿਲੇਗੀ, ਔਰ ਸਾਡਾ ਕਿਸਾਨ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਪੂਰੇ ਦੇਸ਼ ਦਾ ਅੰਨਦਾਤਾ ਹੈ, ਤੇ ਮੈਂ ਸਮਝਦਾ ਕਿ ਜੇਕਰ MSP ਜਾਂ ਜਿੰਨੇ ਇਸ਼ੂਜ਼ ਨੇ ਉਹ ਹੱਲ ਹੋ ਜਾਣ ਤੇ ਆਪਾਂ ਪੂਰੀ ਦੁਨੀਆ ਦੇ ਅੰਨਦਾਤਾ ਬਣ ਸਕਦੇ ਹਾਂ। ਤੁਹਾਡੀ ਇੱਕ ਸੀਟ ਨਾਲ ਫਰਕ ਦੇਖਣ ਨੂੰ ਮਿਲ ਸਕਦਾ ਕੁਛ, ਕਿਉਂਕਿ ਪਹਿਲਾਂ ਵੀ ਮੈਂਬਰ ਪਾਰਲੀਮੈਂਟ ਓਪੋਜੀਸ਼ਨ 'ਚ ਬਹੁਤ ਸਾਰੇ ਬੈਠੇ, ਆਵਾਜ਼ ਵੀ ਚੁੱਕਦੇ ਨੇ, ਲੇਕਿਨ ਸੈਂਟਰ ਦੇ ਆਪਣੇ ਤਰਕ ਹੁੰਦੇ ਆ, ਔਰ ਹੁਣ ਰਵਨੀਤ ਸਿੰਘ ਬਿੱਟੂ ਜਿਹੜੇ BJP 'ਚ ਨੇ ਉਹ ਕਹਿੰਦੇ ਕਿ ਇੱਕ ਵਾਰ ਹੁਣ ਦੁਬਾਰਾ ਨਰਿੰਦਰ ਮੋਦੀ ਦੀ ਸਰਕਾਰ ਆ ਲੈਣ ਦਿਓ, ਉਸ ਤੋਂ ਬਾਅਦ ਮੈਂ ਸਾਰੀਆਂ ਚੀਜ਼ਾਂ ਲੈ ਕੇ ਆਊਂਗਾ ਕਿਸਾਨਾਂ ਦੇ ਲਈ। ਔਰ ਇਹ ਕਹਿ ਰਹੇ ਕਿ ਜਦੋਂ ਫਿਰੋਜ਼ਪੁਰ ਆਏ ਸੀਗੇ ਨਰਿੰਦਰ ਮੋਦੀ ਉਦੋਂ ਕਿਸਾਨ ਵਿਰੋਧ ਨਾ ਕਰਦੇ, ਜਾਂ ਉਸ ਵੇਲੇ ਕਹਿੰਦੇ ਕਿ ਉਸ ਵੇਲੇ ਦੇ CM ਚੰਨੀ ਸ਼ਰਾਰਤ ਨਾ ਕਰਦੇ, ਤਾਂ ਨਰਿੰਦਰ ਮੋਦੀ ਨੇ ਕਿਸਾਨਾਂ ਲਈ ਬਹੁਤ ਕੁਛ ਦੇ ਕੇ ਜਾਣਾ ਸੀਗਾ, ਉਹ ਐਲਾਨ ਕਰਨਾ ਸੀਗਾ, ਲੇਕਿਨ ਉਸ ਵਜ੍ਹਾ ਕਰਕੇ ਰੁਕ ਗਿਆ, ਲੇਕਿਨ ਇਲੈਕਸ਼ਨ ਤੋਂ ਬਾਅਦ ਹੁਣ ਮੈਂ ਜਾਰੀ ਕਰਾਊਂਗਾ। ਦੇਖੋ ਕੀ ਕਹਿੰਦੇ, ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਅਤੇ 10 ਸਾਲ ਦੇ ਵਿੱਚ ਬਿੱਟੂ ਜੀ ਕੀ ਸੋਚਦੇ ਵੀ ਉੱਥੇ ਲੋਕ ਆਵਾਜ਼ ਬੁਲੰਦ ਨਹੀਂ ਕਰਦੇ ਰਹੇ ਹੋਣਗੇ, ਪਰ ਇਹ ਵੀ ਉਹ ਇੱਕ ਅਜਿਹਾ ਪਲੇਟਫਾਰਮ ਹੈ, ਅਜਿਹੀ ਸਰਕਾਰ ਹੈ ਜਿੱਥੇ ਕਿਸੇ ਨੂੰ ਬੋਲਣ ਤੱਕ ਨਹੀਂ ਦਿੱਤਾ ਜਾਂਦਾ, ਸੋ ਆਵਾਜ਼ ਬੁਲੰਦ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਅਤੇ ਬਾਕੀ ਇਹ ਵੀ ਠੀਕ ਹੈ, ਸਮਾਂ ਦੱਸੇਗਾ। ਸਭ ਤੋਂ ਪਹਿਲਾਂ ਤਾਂ ਚੈਲੇਂਜ ਉਹਨਾਂ ਲਈ ਇਹੀ ਹੋਏਗਾ ਕਿ ਜਿੱਤਣਾ ਬਹੁਤ ਵੱਡਾ ਚੈਲੇਂਜ ਹੋਏਗਾ। ਰਵਨੀਤ ਸਿੰਘ ਬਿੱਟੂ ਉੱਧਰ ਚਲੇ ਜਾਂਦੇ ਨੇ, ਕਈ ਸਾਰੇ ਕਾਂਗਰਸ ਲੀਡਰ ਛੱਡ ਦਿੰਦੇ ਨੇ, ਹੁਣ ਕਾਂਗਰਸ ਦੇ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਰਾਜਾ ਵੜਿੰਗ, ਬਹੁਤ ਸਾਰੇ ਇਲਜ਼ਾਮ ਲਗਾ ਰਹੀ, ਕਹਿੰਦੇ ਗੱਦਾਰ ਤੱਕ ਕਹਿ ਰਹੀ ਹੈ, ਤੁਹਾਡੇ ਤੇ ਵੀ ਇਲਜ਼ਾਮ ਲੱਗਦੇ, ਚੰਨੀ ਹੋਰੀ ਵੀ ਇਲਜ਼ਾਮ ਲਗਾਉਂਦੇ। ਮੈਂ ਸਮਝਦਾ ਕਿ ਜੇ ਕਾਂਗਰਸ ਨੂੰ ਸੰਭਾਲਿਆ ਹੁੰਦਾ, ਕਾਂਗਰਸ ਨੂੰ ਇੱਕ ਅੱਛੀ ਲੀਡਰਸ਼ਿਪ ਮਿਲੀ ਹੁੰਦੀ ਤੇ ਇੱਕ ਅੱਛਾ ਡਿਸਿਪਲਿਨ ਹੁੰਦਾ, ਆਪਸ ਚ ਕੋਆਰਡੀਨੇਸ਼ਨ ਹੁੰਦਾ, ਗਰੁੱਪਿਜ਼ਮ ਨਾ ਹੁੰਦਾ, ਤੇ ਮੈਂ ਸਮਝਦਾ ਕਿ ਪਰਿਵਾਰ 'ਚ ਨੁਕਸਾਨ ਹੋਣਾ ਹੀ ਨਹੀਂ ਸੀ। ਪਰਿਵਾਰ ਦੇ ਵਿੱਚ ਨੁਕਸਾਨ ਹੋਣ ਦੇ ਬਹੁਤ ਸਾਰੇ ਕਾਰਨ ਨੇ, ਜਿਹਦੇ ਕਰਕੇ ਲੀਡਰਸ਼ਿਪ ਜਿਹੜੀ ਲਗਾਤਾਰ ਲੀਡਰ ਜਿਹੜੇ ਆ ਉਹ ਬਿਲਕੁਲ ਛੱਡ ਛੱਡ ਕੇ ਜਿਹੜੇ ਜਾ ਰਹੇ ਨੇ। ਚੱਬੇਵਾਲ ਹੋਰੀ ਆਮ ਆਦਮੀ ਪਾਰਟੀ 'ਚ ਹੀ ਰਹਿਣਗੇ, ਅਜਿਹਾ ਤਾਂ ਨਹੀਂ ਕਿ ਇਲੈਕਸ਼ਨ ਤੋਂ ਬਾਅਦ ਤੁਸੀਂ ਪਾਰਟੀ ਦੁਬਾਰਾ ਬਦਲ ਲਓ, ਆਪ BJP ਜਾਂ ਕਿਸੇ ਹੋਰ 'ਚ ਚਲੇ? ਪਾਰਟੀ ਬਦਲਣ ਦਾ ਤਾਂ ਖੈਰ ਕੋਈ ਸਵਾਲ ਹੀ ਨਹੀਂ ਪੈਦਾ ਉੱਠਦਾ, ਪੈਦਾ ਹੁੰਦਾ, ਕਿਉਂਕਿ ਇੱਕ ਅੱਛਾ ਸੰਗਠਨ ਵੀ ਹੈ ਜਦੋਂ ਮੈਂ ਨਵੇਂ ਪਰਿਵਾਰ ਦੇ ਵਿੱਚ ਆਇਆ ਤੇ ਮਾਣ ਸਤਿਕਾਰ ਵੀ ਮਿਲਿਆ ਤੇ ਪਰਿਵਾਰ ਵੱਲੋਂ
ਸਾਰਿਆਂ ਵੱਲੋਂ ਕੰਮ ਵੀ ਕੀਤਾ ਜਾ ਰਿਹਾ, ਸਰਕਾਰ ਵੱਲੋਂ, ਸੰਗਠਨ ਵੱਲੋਂ, ਸਾਰਿਆਂ ਵੱਲੋਂ ਜਿਹੜੇ ਇਹਨਾਂ ਕੋਆਰਡੀਨੇਟਡ ਮੈਨਰ ਇਕੱਠੇ ਹੋ ਕੇ ਜੋ ਕੰਮ ਕੀਤਾ ਜਾ ਰਿਹਾ, ਲੋਕ ਸਭਾ ਲਈ ਲੜਾਈ ਲੜੀ ਜਾ ਰਹੀ ਹੈ, ਤੇ ਮੈਨੂੰ ਪੂਰੀ ਉਮੀਦ ਹੈ ਕਿ ਇਹ ਜਿਹੜੀ ਜੰਗ ਹੈ ਅਸੀਂ ਸਾਰੀਆਂ ਦੀਆਂ ਸਾਰੀਆਂ ਪੰਜਾਬ ਦੀਆਂ ਸੀਟਾਂ ਜ਼ਰੂਰ ਜਿੱਤਾਂਗੇ। ਤੁਹਾਡਾ ਮੁਕਾਬਲਾ ਕਾਂਗਰਸ ਨਾਲ ਹੈ, ਬੀਜੇਪੀ ਦੇ ਨਾਲ ਹੈ ਜਾਂ ਅਕਾਲੀ ਦਲ ਦੇ ਨਾਲ ਹੈ, ਔਰ ਅਕਾਲੀ ਦਲ ਤੁਹਾਨੂੰ ਕਿੱਥੇ ਖੜਾ ਨਜ਼ਰ ਆਉਂਦਾ? ਜਿੱਥੇ ਤੱਕ ਬਾਕੀ ਪਾਰਟੀਆਂ ਦਾ ਸਵਾਲ ਹੈ, ਸਾਡੀ ਕੋਸ਼ਿਸ਼ ਤਾਂ ਇਹ ਵੀ ਜਿਹੜੀਆਂ 2 ਸਾਲ ਦੀਆਂ ਪ੍ਰਾਪਤੀਆਂ ਸਾਡੇ ਸੰਗਠਨ ਦੀ ਤਾਕਤ ਹੈ, ਅਸੀਂ ਇਹਨਾਂ ਸਾਰਿਆਂ ਨੂੰ ਲੈ ਕੇ ਅਸੀਂ ਚੱਲ ਰਹੇ ਹੈਗੇ, ਤੇ ਮੈਂ ਸਮਝਦਾ ਕਿ ਸਾਡਾ ਮੁਕਾਬਲਾ ਜਿਹੜਾ ਉਹ ਕਿਸੇ ਨਾਲ ਕਿਸੇ ਪਾਰਟੀ ਨੂੰ ਤਾਂ ਲੱਗਦੇ ਹੋਵੋਗੇ ਕਿ ਕਾਂਗਰਸ ਫਾਈਟ ਦੇ ਵਿੱਚ ਹੈ ਜਾਂ ਅਕਾਲੀ ਦਲ ਫਾਈਟ ਦੇ ਵਿੱਚ ਹੈ? ਪਾਰਟੀ ਨਾਲ ਕੋਈ ਮੁਕਾਬਲਾ ਨਹੀਂ, ਜਦੋਂ ਕੰਮ ਕੀਤੇ ਹੋਣ ਤੁਹਾਡੀ ਲਾਈਨ ਲੰਬੀ ਹੋਵੇ ਤੇ ਫਿਰ ਕਿਸੇ ਦੀ ਲਾਈਨ ਮਟੇਣ ਦੀ ਜ਼ਰੂਰਤ ਨਹੀਂ। ਦਲਿਤ, ਕਿਉਂਕਿ ਤੁਸੀਂ ਦਲਿਤ ਭਾਈਚਾਰੇ ਨਾਲ ਤਾਲੁਕ ਰੱਖਦੇ ਹੋ, ਉਹਨਾਂ ਨੂੰ ਰਿਪ੍ਰੈਜ਼ੈਂਟ ਕਰਦੇ ਹੋ, ਰਿਜ਼ਰਵ ਸੀਟ ਹੈ, ਪੰਜਾਬ ਦੀ ਰਾਜਨੀਤੀ 'ਚ ਦਲਿਤ ਭਾਈਚਾਰਾ ਕਿੱਥੇ ਖੜਾ ਤੁਹਾਨੂੰ ਨਜ਼ਰ ਆਉਂਦਾ? ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ 31.9% ਜਿਹੜੀ ਹੈ ਉਹ ਦਲਿਤ ਪਾਪੂਲੇਸ਼ਨ ਹੈ, ਔਰ ਉਸਦੇ ਲਈ ਜੋ ਮੈਂ ਆਮ ਆਦਮੀ ਪਾਰਟੀ ਦੇਖ ਰਿਹਾ, ਸਰਕਾਰ ਪੰਜਾਬ 'ਚ ਬਣੀ ਹੈ, 5 ਕੈਬਨਿਟ ਮਿਨਿਸਟਰ ਨੇ, 5 ਕੈਬਨਿਟ ਮਿਨਿਸਟਰ ਵਿੱਚੋਂ ਵੀ ਫਾਈਨਾਂਸ ਮਿਨਿਸਟਰ ਜਿਹੜੇ ਆ ਹਰਪਾਲ ਚੀਮਾ ਜੀ ਨੇ, ਸੋ ਲੋਕਲ ਬਾਡੀ ਮਿਨਿਸਟਰੀ ਜਿਹੜੀ ਆ ਉਹ ਵੀ ਇਹਨਾਂ ਦੇ ਕੋਲ ਹੈ, ਸੋ ਉਸ ਤੋਂ ਵੀ ਵੱਡਾ ਕੰਮ ਜਿਹੜਾ ਮੈਂ ਸਮਝਦਾ ਕੀਤਾ ਹੈ ਖਾਸ ਤੌਰ ਤੇ ਇਹ ਤਾਂ ਤੁਹਾਡੀ ਸਰਕਾਰ ਹੈ। ਵੈਸੇ ਦਲਿਤ ਭਾਈਚਾਰੇ ਨੂੰ ਤੁਸੀਂ ਪੰਜਾਬ 'ਚ ਕਿੱਥੇ ਦੇਖਦੇ ਹੋ, ਕੀ ਹੋਣਾ ਚਾਹੀਦਾ, ਕੀ ਕਰ ਸਕਦੇ ਹੋ? ਨਹੀਂ ਬਿਲਕੁਲ, ਜਿਹੜੇ ਉਹਨਾਂ ਦੇ ਇਸ਼ੂਜ਼ ਨੇ ਬਹੁਤ ਦੇਰ ਤੋਂ ਪੈਂਡਿੰਗ ਨੇ, ਉਹਨਾਂ ਨੂੰ ਜਿਸ ਤਰ੍ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਵੀ ਹੈ ਉਹਨੂੰ ਵੀ ਪੰਜਾਬ ਗਵਰਨਮੈਂਟ ਨੇ ਟੇਕ ਅਪ ਕਰਨ ਦੀ ਕੋਸ਼ਿਸ਼ ਕੀਤੀ, ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਇਸ ਤਰ੍ਹਾਂ 85ਵੀਂ ਸੋਧ ਜਿਹੜੀ ਉਹ ਵੀ ਪੈਂਡਿੰਗ ਹੈ ਤੇ ਉਹਨੂੰ ਵੀ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ। ਸੋ ਜਿੰਨੇ ਵੀ ਇਸ਼ੂਜ਼ ਹੈ ਹਰ ਵਰਗ ਦੇ, ਕੋਈ ਵੀ ਵਰਗ ਹੈ ਜਿਹੜਾ, ਤੇ ਉਹਦੇ ਇਸ਼ੂਜ਼ ਨੂੰ ਅਸੀਂ ਟੇਕ ਅਪ ਕਰਾਂਗੇ ਔਰ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਤਾਂ ਟਰੈਕਟਰ ਤੇ ਕਿਹੜੀ ਨੇਤਾ ਜੀ ਦੇ ਨਾਲ ਲਗਾਈ, ਮਾਹੌਲ ਸਾਰਾ ਤੁਹਾਨੂੰ ਦਿਖਾਇਆ ਕਿ ਇਸ ਵੇਲੇ ਸਿਨੈਰੀਓ ਕੀ ਹੈ, ਔਰ ਸੋਨਾਲਿਕਾ ਟਰੈਕਟਰ ਦੇ ਉੱਤੇ ਨੇਤਾ ਜੀ ਅਗਲੇ ਕਿਹੜੇ ਹੋਣਗੇ ਉਹ ਵੀ ਤੁਹਾਨੂੰ ਜਲਦ ਮਿਲਵਾਵਾਂਗੇ। ਆਪਣੇ ਸਹਿਯੋਗੀ ਅਮਰੀਕ ਅਤੇ ਸੰਦੀਪ ਦੇ ਨਾਲ ਪੰਕਜ ਪਾਈ, ਨਿਊਜ਼ 18 ਹੁਸ਼ਿਆਰਪੁਰ।